ਕੜੀ ਔਖੀਆਂ ਦੇ ਵਿੱਚੋਂ ਯਾਰਾ ਲੰਘਣਾ ਪੈਂਦਾ ਕਰਦਾ ਉਡੀਕ ਜੇ ਤੂੰ ਚੰਗੀ ਕੜੀ ਦੀ ਗਾਣਾ ਬਸ ਇਦਾਂ ਦਾ ਸੀ ਕਿ ਗਾਣਾ ਮੇਰੇ ਤੇ ਆ ਯਾਰ ਬਸ ਜਿਹੜਾ ਦਿਲ ਦਾ ਬੰਦਾ ਸਾਫ਼ ਹੁੰਦਾ ਹਮੇਸ਼ਾ ਸੱਚੀਆਂ ਹੀ ਗੱਲਾਂ ਲਿਖਦਾ ਤੇ ਉਹੀ ਲਿਖਦਾ ਜਿਹੜੀਆਂ ਲੋਕਾਂ ਦੇ ਵੀ ਦਿਲ ਨੂੰ ਛੂਹਣ ਹਨਾ ਕਿੱਥੇ ਕਿੱਥੇ ਸ਼ੂਟ ਹੋਈ ਹੈ ਇਸ ਵੀਡੀਓ ਇਹ ਭਾਜੀ ਟੋਰਾਂਟੋ ਹੋਈ ਐਡਮੰਟਨ ਹੋਈ ਤੇ ਛੁੱਟੀ ਮਨਾਉਣ ਦੇ ਹਿਸਾਬ ਤਾਬ 'ਚ ਹੀ ਆਪਾਂ ਜਾਈਦਾ ਵਾ ਤੇ ਬਸ ਸ਼ੂਟ ਕਰਕੇ ਘਰੇ ਆ ਜਾਈਦਾ ਪਰਸਨਲੀ ਤੁਹਾਡਾ ਕਿਸ ਤਰ੍ਹਾਂ ਦਾ ਸਟਾਈਲ ਹੈ ਗਾਣਿਆਂ ਦਾ ਰੋਮਾਂਟਿਕ ਚੀਜ਼ਾਂ ਮੇਰੇ ਤੋਂ ਜਿੰਨੀਆਂ ਮਰਜ਼ੀ ਗਵਾਲੋ ਸਖੀਆਂ ਨੇ ਮੈਨੂੰ ਮੇਣੇ ਮਾਰਦੀਆਂ ਜੇ ਤੁਹਾਡੇ 'ਚ ਟੈਲੈਂਟ ਆ ਤੇ ਤੁਹਾਨੂੰ ਲੋਕੀ ਪਛਾਣਨਗੇ ਅੱਜ ਨਹੀਂ ਤੇ ਕੱਲ ਜਿਹੜੀ ਚੀਜ਼ ਤੋਂ ਮੈਂ ਡਰਦਾ ਮੈਂ ਉਹ ਚੀਜ਼ ਕਿੱਦਾਂ ਗਾਦਾ ਕਿੰਨੇ ਟਰੈਕਸ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਇਸ ਟਾਈਮ 7-8-10 ਗਾਣੇ ਤੇ ਹੋਣਗੇ ਜਿਹੜੇ ਜਮਾ ਰੈਡੀ ਪਏ ਆ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਮਿਤ ਤੁਲੀ ਤੇ ਮੈਂ ਹਾਂ ਕਨੈਕਟ ਐਫਐਮ ਦਾ ਆਰਟਿਸਟ ਆਫ ਦ ਵੀਕ ਇੱਕ ਵੱਖਰੀ ਜਿਹੀ ਆਵਾਜ਼ ਤੇ ਬਿਲਕੁਲ ਵੱਖਰਾ ਹੀ ਸਟਾਈਲ ਲੈ ਕੇ ਸਾਡੇ ਇਸ ਵਾਰ ਦੇ ਫਰੈਸ਼ ਆਰਟਿਸਟ ਆਫ ਦ ਵੀਕ ਸੁਮਿਤ ਤੁੱਲੀ ਦਾ ਕਹਿਣਾ ਹੈ ਕਿ ਜੇ ਚੰਗਾ ਹੋਵੇ ਮੋਰਾਲ ਤਾਂ ਬੰਦਾ ਡਿੱਗਦਾ ਹੀ ਨਹੀਂ ਸੁਮਿਤ ਵੈਲਕਮ ਟੂ ਕਨੈਕਟ ਐਫਐਮ ਥੈਂਕ ਯੂ ਭਾਜੀ ਥੈਂਕ ਯੂ ਨੈਵਰ ਸਟੌਪ ਤੁਹਾਡਾ ਲੇਟੈਸਟ ਟਰੈਕ ਹੈ ਜਿਹਦੇ ਬਾਰੇ ਆਪਾਂ ਅੱਜ ਗੱਲਾਂ ਕਰਾਂਗੇ ਜੀ ਇਸ ਗਾਣੇ ਦੀ ਸ਼ੁਰੂਆਤ ਕਿੱਦਾਂ ਹੋਈ ਕਿੱਦਾਂ ਤੁਹਾਡੇ ਤੱਕ ਇਹ ਗਾਣਾ ਪਹੁੰਚਿਆ ਇਹ ਭਾਜੀ ਗਾਣਾ ਮੇਰੇ ਤੱਕ ਪਹੁੰਚਿਆ ਕੰਮ 'ਤੇ ਸੀ ਅਤੇ ਭਰਾ ਦਾ ਰਾਜੇ ਰੰਧਾਵੇ ਦਾ ਫੋਨ ਆਇਆ ਭਾਅ ਜੀ ਕਹਿੰਦਾ ਕਿ ਗਾਣਾ ਲਿਖਿਆ ਸੁਣਾਉਣਾ ਤੁਹਾਨੂੰ ਭਾਈ ਦੀ ਆਦਤ ਹਮੇਸ਼ਾ ਗਾਣੇ ਸੁਣਾਉਂਦਾ ਰਹਿੰਦਾ ਅਤੇ ਗਾਣਾ ਬਸ ਇੱਦਾਂ ਦਾ ਸੀ ਕਿ ਲਾਈਕ ਹੈ ਨਾ ਦਿਲ ਦੇ ਬਹੁਤ ਜਿਸ ਤਰ੍ਹਾਂ ਮਤਲਬ ਅਟੈਚ ਹੋਣ ਵਾਲਾ ਆਪਣੇ ਆਪ ਨਾਲ ਬੰਦਾ ਕਰ ਸਕਦਾ ਵਾ ਕਿ ਇਹ ਗਾਣਾ ਮੇਰੇ 'ਤੇ ਆ ਯਾਰ ਅਤੇ ਬਸ ਫਿਰ ਉੱਥੋਂ ਹੀ ਮੈਂ ਜਿਹੜਾ ਆਪਣਾ ਦਾ ਮਾਣ ਭਰਾ ਉਹਨੂੰ ਭੇਜਿਆ ਅਤੇ ਉਹਨੇ ਉਸਤਾਦ ਨੇ ਘੰਟੇ 'ਚ ਹੀ ਮੈਨੂੰ ਡੰਮੀ ਇਹਦੀ ਕਹਿੰਦਾ ਇੱਦਾਂ ਦਾ ਇੱਦਾਂ ਦਾ ਆਪਾਂ ਕਰ ਦਿੰਦੇ ਗਾਣਾ ਮੈਂ ਕਿਹਾ ਡਨ ਅਤੇ ਬਸ ਇੱਦਾਂ ਪਹੁੰਚਿਆ ਭਾਅ ਜੀ ਮੇਰੇ ਤੱਕ ਗਾਣਾ ਐਡਮਿੰਟਨ ਸ਼ਹਿਰ ਦੇ ਵਿੱਚ ਤੁਸੀਂ ਰਹਿੰਦੇ ਹੋ ਜੀ ਗਾਣੇ ਦੇ ਬੋਲ ਜਿਹੜੇ ਨੇ ਲਿਰਿਸਿਸਟ ਨੇ ਇਸ ਗਾਣੇ ਦੇ ਰਾਜਾ ਰੰਧਾਵਾ ਤੁਸੀਂ ਹੁਣੇ ਦੱਸਿਆ ਦਾਮਾਨ ਇਸ ਗਾਣੇ ਦਾ 뮤직 ਪ੍ਰੋਡਿਊਸਰ ਹੈ 뮤직 ਡਾਇਰੈਕਟਰ ਉਹਨਾਂ ਨੇ ਕੀਤਾ ਬਿਲਕੁਲ ਉਹ ਕਿੱਥੋਂ ਬਿਲੋਂਗ ਕਰਦੇ ਆ ਆਪਣਾ ਰਾਜਾ ਰੰਧਾਵਾ ਭਾਅ ਜੀ ਰਹਿੰਦਾ ਵਿੰਡਜ਼ਰ ਜੀ ਆਪਣਾ ਜਮਾ US ਬਾਰਡਰ ਦੇ ਕੋਲ ਟਰੱਕ ਸਕੂਲ ਆ ਭਾਅ ਜੀ ਦਾ ਤੇ ਦਾਮਾਨ ਤੁਹਾਡੇ ਆਪਣੇ ਸ਼ਹਿਰ ਦਾ ਵਾ BC ਦਾ ਮਿਸ਼ਨ ਰਹਿੰਦਾ ਵੀਰ ਜੀ ਤੇ ਉਹਨਾਂ ਦੇ ਨਾਲ ਇਕੱਠੇ ਹੋਣ ਦਾ ਸਬਬ ਕਿਸ ਤਰ੍ਹਾਂ ਬਣਿਆ ਤੁਹਾਡਾ ਆਪਸ ਦੇ ਵਿੱਚ ਲਿੰਕ ਕਿਸ ਤਰ੍ਹਾਂ ਬਣਿਆ ਦਾਮਾਨ ਵੀਰ ਨਾਲ ਮੈਂ ਇੱਦਾਂ ਬਸ ਭਾਅ ਜੀ ਕਿਸੇ ਦੇ ਥਰੂ ਹੀ ਮਿਲਿਆ ਅਤੇ ਬਸ ਫਿਰ ਉਦੋਂ ਦੀ ਭਰਾਵਾਂ ਵਾਂਗੀ ਆ ਸਾਹਿਬ ਉਹਦੇ ਨਾਲ ਵੀ ਵੀਰ ਨਾਲ ਜੀ ਨੈਵਰ ਸਟੌਪ ਦੀ ਜਿਹੜੀ 뮤직 ਪ੍ਰੋਡਕਸ਼ਨ ਸੀਗੀ ਜੀ ਉਹਦੇ ਵਿੱਚ ਤੁਹਾਡੀ ਕਿੰਨੀ ਕੁ ਇਨਵੋਲਵਮੈਂਟ ਸੀਗੀ ਕਿੰਨਾ ਤੁਸੀਂ ਇਨਵੋਲਵ ਹੁੰਦੇ ਸੀਗੇ ਰੈਗੂਲਰਲੀ 110% ਜਮਾਂ ਮੈਂ ਇੱਕ ਇੱਕ ਲਾਈਨ ਇੱਕ ਪੈਰਾਗ੍ਰਾਫ ਜੋ ਵੀ ਆਪਾਂ 뮤직 ਆਪਾਂ ਜਮਾਂ ਹਰ ਵਾਰ ਰਿਵਾਈਜ਼ ਕਰਕੇ ਹੀ ਬਣਾਇਆ ਵਾ ਭਾਅ ਜੀ ਕਿ ਜਮਾਂ ਪਰਫੈਕਟ ਚੀਜ਼ ਪਹੁੰਚੇ ਇਹਦੇ ਆਪਾਂ 2-3 ਵਰਜ਼ਨ ਤਿਆਰ ਕੀਤੇ ਸੀ ਜਿਹੜਾ ਬੈਸਟ ਸੀ ਉਹ ਆਪਾਂ ਫਾਈਨਲ ਕੀਤਾ ਸੀ ਬੜਾ ਡਿਫਰੈਂਟ ਜਿਹਾ ਬੜਾ ਹੀ ਫੈਕਚੁਅਲ ਜਿਹਾ ਗਾਣਾ ਆ ਜੀ ਗੱਲਾਂ ਸਿੱਧੀਆਂ ਕਰਦਾ ਇਹ ਗਾਣਾ 100% ਤੁਹਾਡੀ ਕਿਹੜੀ ਫੇਵਰੇਟ ਲਾਈਨ ਹੈ 2 ਲਾਈਨਾਂ ਹੋ ਜਾਣ ਗਾਣੇ ਦੀਆਂ ਪਹਿਲਾਂ ਫੇਵਰੇਟ ਤਾਂ ਸਾਰੀਆਂ ਪਰ ਜਿਹੜੀ ਮੇਰੀ ਬੈਸਟ ਫੇਵਰੇਟ ਆ ਹੋ ਯਾਰਾਂ ਹਾਂ ਸ਼ਿਫਟਾਂ ਵੀ ਦਿਨ ਰਾਤ ਲਾ ਛੱਡੀਆਂ ਹਾਂ ਟਰੱਕ ਉੱਤੇ ਮੀਲਾਂ ਬਹੁਤ ਪਾ ਛੱਡੀਆਂ ਕਿਵੇਂ ਮਿਲੀ PR ਇਹ ਨਹੀਂ ਉਹ ਭੁੱਲਦੇ ਸਾਫ਼ ਦਿਲ ਵਾਲੇ ਕਦੇ ਨਹੀਂ ਉਹ ਰੁੱਲਦੇ ਉਹ ਰੱਬਾ ਮਾਪਿਆਂ ਨੂੰ ਲਾ ਦੀ ਤੂੰ ਉਮਰ ਮੇਰੀ ਉਹ ਕੜੀ ਔਖੀਆਂ ਦੇ ਵਿੱਚੋਂ ਯਾਰਾ ਲੰਘਣਾ ਪੈਂਦਾ ਉਹ ਕਰਦਾ ਉਡੀਕ ਜੇ ਤੂੰ ਚੰਗੀ ਕੜੀ ਦੀ ਉਹ ਕੜੀ ਔਖੀਆਂ ਦੇ ਵਿੱਚੋਂ ਯਾਰਾ ਲੰਘਣਾ ਪੈਂਦਾ ਕਰਦਾ ਉਡੀਕ ਜੇ ਤੂੰ ਚੰਗੀ ਕੜੀ ਦੀ ਕੀ ਬਾਤ ਹੈ ਬੜੀ ਬੁਲੰਦ ਆਵਾਜ਼ ਦੇ ਤੁਸੀਂ ਮਾਲਕ ਹੋ ਤੇ ਗਾਣੇ ਨੂੰ ਵੀ ਤੁਸੀਂ ਇੱਕ ਡਿਫਰੈਂਟ ਲੈਵਲ ਤੱਕ ਲੈ ਗਏ ਹੋ ਜੀ ਜੀ ਗਾਣੇ ਦੇ ਵਿੱਚ ਗੱਲਾਂ ਬਹੁਤ ਸਟ੍ਰੇਟ ਫਾਰਵਰਡ ਬਹੁਤ ਹੀ ਸਿੱਧੀਆਂ ਗੱਲਾਂ ਨੇ ਜੀ ਤੇ ਇੱਦਾਂ ਲੱਗਦਾ ਹੈ ਵੀ ਦਿਲ ਦੇ ਰੂਹੋਂ ਲਿਖੀਆਂ ਨੇ ਗੱਲਾਂ ਜੀ ਕਿੱਦਾਂ ਮਤਲਬ ਇੰਸਪੀਰੇਸ਼ਨ ਕਿੱਦਾਂ ਆਈ ਸੀਗੀ ਤੁਹਾਡੇ ਨਾਲ ਸਟੋਰੀ ਸ਼ੇਅਰ ਕੀਤੀ ਹੋਣੀ ਆ ਜੀ ਜਿਹੜੇ ਲਿਰਿਸਿਸਟ ਨੇ ਜੀ ਜਦੋਂ ਤੁਹਾਡੇ ਤੱਕ ਵੀ ਗਾਣਾ ਪਹੁੰਚਿਆ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋਇਆ ਸੀਗਾ ਕਿ ਵੀ ਆਹੀ ਗਾਣਾ ਮੈਂ ਕਰਨਾ ਉਹ ਭਾਅ ਜੀ ਜਿਹੜਾ ਵੀਰ ਆ ਰਾਜਾ ਰੰਧਾਵਾ ਉਹ ਬੜਾ ਦਿਲ ਦਾ ਸਾਫ਼ ਬੰਦਾ ਉਹਨੇ ਗਾਣੇ 'ਚ ਵੀ ਕਿਹਾ ਹੈ ਨਾ ਅਤੇ ਉਹ ਬਸ ਜਿਹੜਾ ਦਿਲ ਦਾ ਬੰਦਾ ਸਾਫ਼ ਹੁੰਦਾ ਹਮੇਸ਼ਾ ਸੱਚੀਆਂ ਹੀ ਗੱਲਾਂ ਲਿਖਦਾ ਅਤੇ ਉਹੀ ਲਿਖਦਾ ਜਿਹੜੀਆਂ ਲੋਕਾਂ ਦੇ ਵੀ ਦਿਲ ਨੂੰ ਛੂਹਣ ਹੈ ਨਾ ਕਿ ਲੋਕਾਂ ਦੇ ਦਿਲ ਦੇ ਜਮ੍ਹਾਂ ਨੇੜੇ ਹੋ ਕੇ ਵੱਜਣ ਕਿ ਹਾਂ ਆਹ ਵਾ ਗਾਣਾ ਵੀਡੀਓ ਦੇ ਬਾਰੇ ਗੱਲ ਕਰਦੇ ਹਾਂ ਵੀਡੀਓ ਅਮਿਤ ਕੁਮਾਰ ਦੀ ਡਾਇਰੈਕਸ਼ਨ ਬਿਲਕੁਲ ਬੜੀ ਵਧੀਆ ਵੀਡੀਓ ਬਹੁਤ ਹੀ ਗੁੱਡ ਕੁਆਲਿਟੀ ਦੀ ਬਣਾਈ ਗਈ ਹੈ ਵੀਡੀਓ ਬਹੁਤ ਸਾਰੀਆਂ ਲੋਕੇਸ਼ਨਸ ਤੇ ਸ਼ੂਟ ਕੀਤੀ ਹਾਂਜੀ ਕਿੱਥੇ ਕਿੱਥੇ ਸ਼ੂਟ ਹੋਈ ਹੈ ਇਸ ਵੀਡੀਓ ਇਹ ਭਾਅ ਜੀ ਟੋਰਾਂਟੋ ਹੋਈ ਐਡਮੰਟਨ ਹੋਈ ਅਤੇ ਮੋਸਟ ਆਫ ਦੇ ਆਪਣੇ ਜਿਹੜੀ ਐਡਮੰਟਨ ਦੇ ਲਾਗੇ ਅਟਰੈਕਟਿਵ ਸਾਈਟਸ ਹੈਗੀਆਂ ਅਤੇ ਇੱਕ ਚੀਜ਼ ਮੈਂਸ਼ਨ ਕਰਨਾ ਚਾਹੂੰਗਾ ਆਪਣਾ ਲੱਖਾ ਭਾਅ ਜੀ ਉਹ ਵੀ BC 'ਚ ਉਹਦਾ ਗੁੱਡ ਆ ਸਿਸਟਮ ਐਂਡ ਜਿਹੜਾ ਗੈਸ ਸਟੇਸ਼ਨ ਦਾ ਸਾਰਾ ਪਾਰਟ ਆ ਉਹ ਮੈਂ ਕ੍ਰੈਡਿਟ ਦੇਣਾ ਚਾਹੂੰਗਾ ਲਵ ਰਵਾਣਾ
ਤੇ ਲੱਖਾ ਭਾਜੀ ਉਹਨਾਂ ਦੀ ਬਦੌਲਤ ਉਹ ਜਿਹੜਾ ਵੀ ਉੱਥੇ ਸੈਟਅਪ ਹੋਇਆ ਉਹਨਾਂ ਦੇ ਕਰਕੇ ਹੋਇਆ ਸੋ ਬੜੀ ਵਧੀਆ ਟੀਮ ਦਾ ਤੁਹਾਨੂੰ ਸਾਥ ਹੈ ਤੁਹਾਨੂੰ ਸਪੋਰਟ ਆ ਜੀ ਹਰ ਪਾਸੇ ਤੋਂ ਭਾਵੇਂ 뮤직 ਪ੍ਰੋਡਕਸ਼ਨ ਵਾਲਾ ਪਾਸਾ ਹੋਵੇ ਜਾਂ ਗੁੱਡ ਬੋਲ ਲਿਖਣੇ ਹੋਣ ਗਾਣੇ ਦੇ ਹਾਂਜੀ ਫਿਰ ਲੋਕੇਸ਼ਨਸ ਵੀਡੀਓ ਜੀ ਹਰੇਕ ਨੇ ਤੁਹਾਡਾ ਬਹੁਤ ਵਧੀਆ ਸਾਥ ਦਿੱਤਾ 100% ਪਰਸਨਲੀ ਕਿੱਦਾਂ ਦਾ ਐਕਸਪੀਰੀਅੰਸ ਰਿਹਾ ਤੁਹਾਡਾ ਇਸ ਵੀਡੀਓ ਦੀ ਸ਼ੂਟ ਦੇ ਦੌਰਾਨ ਭਾਜੀ ਆਪਾਂ ਜਦੋਂ ਵੀ ਨਾ ਐਕਚੁਅਲੀ ਮੇਰਾ 6 ਦਿਨ ਕੰਮ ਹੁੰਦਾ ਤੇ 7ਵੇਂ ਦਿਨ ਹੀ ਆਪਾਂ ਸ਼ੂਟ ਰੱਖੀਦਾ ਤੇ ਆਪਾਂ ਤੇ ਸੋਚੀਦਾ ਕਿ ਅੱਜ ਆਪਾਂ ਬਸ ਛੁੱਟੀ ਆ ਛੁੱਟੀ ਮਨਾਣੀ ਆ ਤੇ ਛੁੱਟੀ ਮਨਾਉਣ ਦੇ ਹਿਸਾਬ ਤਾਬ 'ਚ ਹੀ ਆਪਾਂ ਜਾਈਦਾ ਵਾ ਤੇ ਬਸ ਸ਼ੂਟ ਕਰਕੇ ਘਰੇ ਆ ਜਾਈਦਾ ਤੁਹਾਡਾ ਦੂਜਾ ਗਾਣਾ ਆ ਹਾਂਜੀ ਸੋ ਵੀਡੀਓ ਦਾ ਐਕਸਪੀਰੀਅੰਸ ਤੋਂ ਕੈਮਰਾ ਦਾ ਐਕਸਪੀਰੀਅੰਸ ਤੁਹਾਨੂੰ ਪਹਿਲਾਂ ਵੀ ਹੋਇਆ ਹੋਇਆ ਜੀ ਪਰ ਹਰ ਵਾਰੀ ਜਦ ਕੈਮਰਾ ਫੇਸ ਕਰਦੇ ਆ ਹਾਂਜੀ ਨਰਵਸਨੈਸ ਹੁੰਦੀ ਆ ਪਹਿਲਾਂ ਹੁੰਦੀ ਸੀ ਹੁਣ ਤੁਸੀਂ ਵੀ ਵੇਖ ਲਓ ਕੈਮਰਾ ਫੜੀ ਫਿਰਦੇ ਆ ਨਰਵਸਨੈਸ ਖਤਮ ਜੀ ਹੋ ਗਈ ਘੰਟੇ ਘੰਟੇ ਸੁਣ ਤੁਸੀਂ ਬਣ ਗਏ ਹੈਨਾ ਜਦੋਂ ਆਪਾਂ ਗੱਲ ਕਰਦੇ ਆ ਕਿ ਤੁਹਾਡਾ ਦੂਜਾ ਟਰੈਕ ਆ ਹਾਂਜੀ ਇਸ ਤੋਂ ਪਹਿਲਾਂ ਟਰੈਕ ਤੁਹਾਡਾ ਸੀਗਾ ਵਨ ਡਿਜ਼ਾਇਰ ਜੀ ਤੇ ਬੜੇ ਖਾਸ ਤਰੀਕੇ ਦੇ ਨਾਲ ਮੈਂ ਮੈਂਸ਼ਨ ਕਰਨਾ ਚਾਹੁੰਦਾ ਕਿ ਇਸ ਗਾਣੇ ਦੇ ਵਿੱਚ ਤੇ ਵਨ ਡਿਜ਼ਾਇਰ ਦੇ ਸਟਾਈਲ ਦੇ ਵਿੱਚ ਜ਼ਮੀਨ ਆਸਮਾਨ ਦਾ ਕਹਿ ਲਓ ਫਰਕ ਆ ਜੀ ਵਨ ਡਿਜ਼ਾਇਰ ਇੱਕ ਰੋਮਾਂਟਿਕ ਟਰੈਕ ਆ ਹਾਂਜੀ ਇੱਕ ਹਾਰਟ ਬ੍ਰੋਕਨ ਵਾਲਾ ਟਰੈਕ ਆ ਜੀ 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 ਕੀ ਸਟੋਰੀ ਆ ਉਸ ਗਾਣੇ ਦੇ ਵਿੱਚ ਉਹ ਗਾਣੇ ਦੀ ਸਟੋਰੀ ਇਦਾਂ ਹੀ ਆ ਜੀ ਬਾਹ ਜਿਹੜੀ ਕਹਿੰਦੀ ਸੀ ਸਾਲ 'ਚ 3 ਸੂਟ ਲੈ ਦੀ ਉਹ ਚੱਲ ਗਈ ਫਿਰ ਆਪਾਂ ਗਾਣਾ ਤੇ ਮੈਂ ਕਿਹਾ ਹੁਣ ਕਾਰ ਹੀ ਦਈਏ ਹੋਰ ਕਿਸੇ ਨੂੰ ਲੈ ਦਾਂਗੇ ਫਿਰ ਕਿਹੜੀ ਗੱਲ ਉਸ ਗਾਣੇ ਦੀ ਸ਼ੁਰੂਆਤ ਕਦੋਂ ਹੋਈ ਸੀ ਕਿ ਕਿੰਨਾ ਟਾਈਮ ਲੱਗਿਆ ਉਸ ਗਾਣੇ ਉਹ ਭਾਜੀ 2 ਸਾਲ ਪਹਿਲਾਂ ਬਣਾਇਆ ਸੀ ਐਕਚੁਅਲੀ ਗਾਣਾ ਹਨਾ ਤੇ ਬਸ ਫਿਰ ਸ਼ੁਰੂਆਤ ਇਦਾਂ ਹੀ ਬਸ ਜ਼ਿੰਦਗੀ 'ਚ ਬੰਦਾ ਇਹ ਕਹਿ ਜਾਂਦੀ ਬੰਦਾ ਕਹਿੰਦਾ ਯਾਰ ਹੁਣ ਬਸ ਹਨਾ ਮੈਂ ਬਹੁਤ ਆਪਣਾ ਟਾਈਮ ਵੇਸਟ ਕਰ ਲਿਆ ਹੁਣ ਜ਼ਿੰਦਗੀ 'ਚ ਕੁਝ ਕਰੀਏ ਇੱਕ ਪਾਥ ਚੂਜ਼ ਕਰੀਏ ਕਿ ਮੈਂ ਆਹੀ ਪਾਥ 'ਤੇ ਚੱਲਾਂਗਾ ਜਦੋਂ ਤੱਕ ਚੱਲਦੇ ਨੇ ਸਾਹ ਹਨਾ ਸੋ ਅੰਦਰ ਜਿਹੜੀਆਂ ਤੁਹਾਡੀਆਂ ਫੀਲਿੰਗਸ ਦਬੀਆਂ ਸੀਗੀਆਂ ਉਸ ਨੂੰ ਤੁਸੀਂ ਇਸ ਗਾਣੇ ਦੇ ਰਾਹੀਂ ਕੱਢਿਆ ਤੇ ਕਿਆ ਬਾ ਕਮਾਲ ਕੱਢਿਆ ਤੁਸੀਂ ਆਪਣਾ ਕਦਮ ਜਦੋਂ ਇੰਡਸਟਰੀ ਦੇ ਵਿੱਚ ਰੱਖਿਆ ਆ ਜੀ ਉਸ ਗਾਣੇ ਤੋਂ ਬਾਅਦ ਹੁਣ ਤੁਹਾਡਾ ਜਿਹੜਾ ਬੜਾ ਹੀ ਇੰਟੈਲੈਕਚੁਅਲ ਜਿਹਾ ਗਾਣਾ ਜੀ ਆਇਆ ਜੀ ਬੜਾ ਹੀ ਵਰਸਟੈਲਿਟੀ ਤੁਹਾਡੇ ਗਾਣਿਆਂ ਦੇ ਵਿੱਚ ਨਜ਼ਰ ਆ ਰਹੀ ਹੈ ਹਾਂਜੀ ਪਰ ਬਹੁਤ ਵਾਂਸ ਅਗੇਨ ਬਹੁਤ ਡਿਫਰੈਂਟ ਨੇ ਦੋਨੇ ਟਰੈਕਸ 100% ਪਰਸਨਲੀ ਤੁਹਾਡਾ ਕਿਸ ਤਰ੍ਹਾਂ ਦਾ ਸਟਾਈਲ ਹੈ ਗਾਣਿਆਂ ਦਾ ਗਾਉਣ ਦਾ ਜਾਂ ਸੁਣਨ ਦਾ ਮੈਂ ਰੋਮਾਂਟਿਕ ਟਾਈਪ ਜਿਹਾ ਬੰਦਾ ਹਨਾ ਤੇ ਰੋਮਾਂਟਿਕ ਚੀਜ਼ਾਂ ਮੇਰੇ ਤੋਂ ਜਿੰਨੀਆਂ ਮਰਜ਼ੀ ਗਵਾ ਲਓ ਭਾਵੇਂ ਇੱਕੋ ਗਾਣਾ 100 ਵਾਰੀ ਗਵਾ ਲਓ ਜਿਹੜਾ ਤੁਸੀਂ ਪਹਿਲੀ ਵਾਰੀ ਸੁਣੋਗੇ ਦੂਜੀ ਵਾਰੀ ਸੁਣੋਗੇ ਤੀਜੀ ਵਾਰੀ ਸੁਣੋਗੇ ਤੇ ਪੰਜਵੀਂ ਵਾਰੀ ਸੁਣੋਗੇ ਪੰਜਵੀਂ ਵਾਰੀ ਵਾਲਾ ਬੈਸਟ ਹੋਊਗਾ ਕਿਉਂਕਿ ਮੈਂ ਹਮੇਸ਼ਾ ਆਪਣੇ ਆਪ ਨੂੰ ਇੰਪਰੂਵ ਕਰਦਾ ਉਹ ਚੀਜ਼ 'ਚ ਸੋ ਰੋਮਾਂਟਿਕ ਆਰਟਿਸਟ ਦੇ ਵਿੱਚ ਜਦੋਂ ਆ ਜਾਂਦੇ ਆਪਾਂ ਉਹਨਾਂ ਦੇ ਲਿਸਟ ਦੇ ਵਿੱਚ ਆ ਜਾਂਦੇ ਹਾਂ ਪੰਜਾਬੀ ਦੇ ਵਿੱਚ ਪੁਰਾਣੇ ਜਾਂ ਨਵੇਂ ਅੱਜ ਕੱਲ੍ਹ ਕਿਹੜਾ ਤੁਹਾਨੂੰ ਪੰਜਾਬੀ ਦੇ ਵਿੱਚ ਰੋਮਾਂਟਿਕ ਆਰਟਿਸਟ ਵਧੀਆ ਲੱਗਦਾ ਪੰਜਾਬੀ 'ਚ ਭਾਜੀ ਮੈਨੂੰ ਆਪਣਾ ਮਨਿੰਦਰ ਬੁੱਟਰ ਵੀਰ ਦੇ ਗਾਣੇ ਵਧੀਆ ਲੱਗਦੇ ਬਹੁਤ ਵਧੀਆ ਲੱਗਦੇ ਹਾਂਜੀ ਕਿਹੜਾ ਫੇਵਰੇਟ ਟਰੈਕ ਹੈ ਉਹਨਾਂ ਦਾ ਤੁਹਾਡਾ ਸਖੀਆਂ ਨੇ ਮੈਨੂੰ ਮੇਣੇ ਮਾਰਦੀਆਂ ਉੱਡੀਆਂ ਨੇ ਗੱਲਾਂ ਚੰਨਾ ਪਿਆਰ ਦੀਆਂ ਸਾਰੇ ਗੁੱਡ ਨੇ ਭਾਈ ਦੇ ਕੀ ਬਾਤ ਹੈ ਮਨਿੰਦਰ ਬੁੱਟਰ ਦੇ ਗਾਣੇ ਵਾਕਈ ਬਹੁਤ ਦਿਲ ਨੂੰ ਛੋਹ ਜਾਂਦੇ ਆ ਅੱਛਾ ਤੁਹਾਡੇ ਗਾਣਿਆਂ ਦੇ ਵੱਲ ਵਾਪਸ ਆਉਂਦੇ ਆ ਵਨ ਡਿਜ਼ਾਇਰ ਤੇ ਨੈਵਰ ਸਟਾਪ ਦੋਨੇ ਹੀ ਸੌਂਗਸ ਯੂਟਿਊਬ ਚੈਨਲ ਤੇ ਰਿਲੀਜ਼ ਹੋਏ ਨੇ ਜਿਸ ਦਾ ਨਾਮ ਹੈ ਬੰਬ ਰੈਕਰਡਸ ਜੀ ਤੁਹਾਡਾ ਆਪਦਾ ਰੈਕਰਡ ਚੈਨਲ ਹੈ ਹਾਂਜੀ ਮੇਰਾ ਅਤੇ ਸੈਫਰਨ ਭੁੱਲਰ ਅਤੇ ਪ੍ਰਣਾਮ ਹਾਇਰ ਸੋ ਆਪਣਾ ਚੈਨਲ ਲਾਂਚ ਕਰਨ ਦੇ ਪਿੱਛੇ ਕੀ ਸਟੋਰੀ ਹੈ ਕੀ ਇਰਾਦਾ ਸੀਗਾ ਇਹ ਤਾਂ ਭਾਅ ਜੀ ਬਸ ਮੈਂ ਰਾਤੀ ਸਲਾਹ ਬਣੀ ਆ ਅਤੇ ਸਵੇਰ ਚੈਨਲ ਲਾਂਚ ਕਰਤਾ ਐਡਾ ਕੋਈ ਵੱਡਾ ਸੀ ਨਹੀਂ ਆਪਾਂ ਕਿਹਾ ਕਿ ਧੱਕੇ ਨਹੀਂ ਖਾਣੇ ਜੋ ਕਰਾਂਗੇ ਆਪਣਾ ਕਰਾਂਗੇ ਮੈਂ ਇਹੀ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਸੀਗਾ ਕਿ ਵੀ ਧੱਕੇ ਨਹੀਂ ਖਾਣੇ ਵੱਡੇ ਲੇਬਲਸ ਦੇ ਨਾਲ ਕੰਮ ਨਾ ਕਰਨ ਦਾ ਰੀਜ਼ਨ ਇਹ ਸੀਗਾ ਕਿ ਵੀ ਅੱਜ ਕੱਲ੍ਹ ਬਹੁਤ ਸਟਰਗਲ ਆ ਸਟਰਗਲ ਕਹਿ ਲਓ ਜਾਂ ਕਹਿ ਲਓ ਕਿ ਮੈਂ ਕਹੂੰਗਾ ਕਿ ਟੈਲੈਂਟ ਨੂੰ ਅੱਗੇ ਆਉਂਦਿਆਂ ਟਾਈਮ ਲੱਗ ਜਾਂਦਾ ਸੋ ਯੂਟਿਊਬ ਇਹੋ ਜਿਹੀ ਇੱਕ ਚੀਜ਼ ਬਣਾ ਛੜੀ ਆ ਜਿੰਨੇ ਵੀ ਬਣਾਈ ਆ ਮੈਨੂੰ ਨਾਂ ਨਹੀਂ ਪਤਾ ਹੈ ਨਾ ਅਤੇ ਜਿਹੜਾ ਮਰਜ਼ੀ ਆਪਣਾ ਰਾਤੋਂ ਰਾਤ ਚੈਨਲ ਖੋਲੋ ਆਪਣਾ ਕੰਟੈਂਟ ਪਾਓ ਜੇ ਤੁਹਾਡੇ 'ਚ ਟੈਲੈਂਟ ਆ ਤਾਂ ਤੁਹਾਨੂੰ ਲੋਕ ਪਛਾਣਨਗੇ ਅੱਜ ਨਹੀਂ ਤਾਂ ਕੱਲ੍ਹ ਅਤੇ ਇਹ ਗੱਲ ਕਾਫੀ ਨਵੇਂ ਆਰਟਿਸਟ ਦੀ ਅਤੇ ਲੀਡਿੰਗ ਆਰਟਿਸਟ ਦਾ ਵੀ ਇਹੀ ਕਹਿਣਾ ਹਾਂਜੀ ਕਿ ਯੂਟਿਊਬ ਵਰਗੇ ਚੈਨਲ ਦੇ ਥਰੂ ਸਾਨੂੰ ਟਰਾਂਸਪੇਰੈਂਸੀ ਬਹੁਤ ਮਿਲ ਜਾਂਦੀ ਆ ਕਿ ਵੀ ਕਿੱਥੇ ਸਾਡਾ ਗਾਣਾ ਸਟੈਂਡ ਕਰਦਾ ਜੇ ਕੋਈ ਰੈਕਰਡ ਲੇਬਲ ਦੇ ਵੱਲੋਂ ਕੋਈ ਧੋਖਾਧੜੀ ਲਾਈਕ ਐਕਸਪੀਰੀਅੰਸ ਨਾ ਲਾਈਕ ਕਰਨਾ ਹੋਵੇ ਹਾਂਜੀ ਹਾਂਜੀ ਸੋ ਤੁਸੀਂ ਆਪਣਾ ਜਿਹੜਾ ਚੈਨਲ ਉਸ ਦੇ ਥਰੂ ਆਪਣੇ ਗਾਣੇ ਰਿਲੀਜ਼ ਕਰ ਸਕਦੇ ਆ ਬਿਲਕੁਲ ਬਹੁਤ ਸਾਰੇ ਨਵੇਂ ਆਰਟਿਸਟ ਹੁਣ ਆ ਗਏ ਹੋਏ ਨੇ ਹਾਂਜੀ ਸਟਰਗਲ ਬਹੁਤ ਜ਼ਿਆਦਾ ਆ ਨਾਟ ਓਨਲੀ ਬਿਕੋਜ਼ ਵਧੀਆ ਕੰਟੈਂਟ ਬਣਾਉਣਾ ਹਾਂਜੀ ਬਟ ਇੱਕ ਸਰਵਾਈਵਲ ਬਹੁਤ ਜ਼ਿਆਦਾ ਵੱਡਾ ਸਟਰਗਲ ਆ ਹਾਂਜੀ ਹਾਂਜੀ ਕਿੱਦਾਂ ਤੁਸੀਂ ਇਸ ਚੀਜ਼ ਨੂੰ ਲਾਈਕ ਪਲਾਨ ਆਊਟ ਕਰਦੇ ਹੋ ਕਿ ਵੀ ਮੈਂ ਆਪਣੀ ਐਗਜ਼ਿਸਟੈਂਸ ਕਿੱਦਾਂ ਰੱਖੂੰਗਾ ਇੰਡਸਟਰੀ ਦੇ ਵਿੱਚ ਭਾਅ ਜੀ ਮੈਂ ਇੱਕ ਚੀਜ਼ ਕਹਿੰਦਾ ਕਿ ਜਿਹੜੀ ਮੇਨ ਚੀਜ਼ ਆ ਨਾ ਆ ਇੰਡਸਟਰੀ 'ਚ ਅੱਜ ਦੀ ਡੇਟ 'ਚ ਗਾਣੇ ਘੱਟ ਵਿਕਦੇ ਆ ਗੱਲਾਂ ਤੁਹਾਡੀਆਂ ਜ਼ਿਆਦਾ ਵਿਕਦੀਆਂ ਅਤੇ ਗੱਲਾਂ 'ਤੇ ਫੋਕਸ ਆ ਮੇਰਾ ਕਿ ਜੋ ਦਿਲ 'ਚ ਆ ਉਹੀ ਆਪਾਂ ਬਾਹਰ ਲਿਆਵਾਂਗੇ ਅਤੇ ਮੇਰਾ ਇਹ ਆ ਕਿ ਮੈਂ ਜਿਹੜੇ ਮੈਂ ਲਾਗੇ ਚਾਗੇ ਚੀਜ਼ਾਂ ਵੇਖਣਾ ਭਾਵੇਂ ਰੋਮਾਂਟਿਕ ਭਾਵੇਂ ਦੁਖੀ ਵਾਲੀਆਂ ਭਾਵੇਂ ਖੁਸ਼ੀ ਵਾਲੀਆਂ ਸੈਫਰਨ ਵੀਰ ਨੂੰ ਮੈਂ ਦੱਸ ਦਿੰਦਾ ਅਤੇ ਉਹ ਫਿਰ ਉਸ ਹਿਸਾਬ ਨਾਲ ਗਾਣਾ ਤਿਆਰ ਕਰ ਦਿੰਦਾ
ਸੋ ਤੁਹਾਡੀ ਟੀਮ ਹੈ ਜੋ ਕਿ ਤੁਹਾਡੇ ਲਈ ਗਾਣਿਆਂ ਦੀ ਚੋਇਸਿਸ ਤੁਹਾਡੇ ਗਾਣੇ ਤਿਆਰ ਕਰਦੀ ਹੈ ਹਾਂਜੀ ਕਿ ਵੀ ਹੁਣ ਆਉਣ ਵਾਲਾ ਗਾਣਾ ਇਸ ਤਰ੍ਹਾਂ ਦਾ ਹਾਂਜੀ 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 ਉਹੀ ਕਰਦੇ ਨੇ ਮੈਂ ਕੁਛ ਜਦੋਂ ਯਾਰਾਂ ਦੋਸਤਾਂ ਦੇ ਵਿੱਚ ਬਹਿੰਦੇ ਹੋ ਹਾਂਜੀ ਡਿਮਾਂਡਸ ਆਉਂਦੀਆਂ ਕਿ ਵੀ ਬਾਈ ਹੁਣ ਅੱਜ ਇਸ ਤਰ੍ਹਾਂ ਦਾ ਗਾਣਾ ਸੁਣਾ ਪੂਰੀਆਂ 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 ਕਿੱਦਾਂ ਦੇ ਗਾਣੇ ਤੁਹਾਡੇ ਆਵਾਜ਼ ਦੇ ਵਿੱਚ ਜ਼ਿਆਦਾ ਵਧੀਆ ਪਸੰਦ ਕਰਦੇ ਆ ਸੁਣਨਾ ਲੋਕੀ ਯਾਰ ਤਾਂ ਕਹਿ ਲਓ ਕਿ ਸਟਾਰ ਚੱਕਵਿਆਂ ਤੋਂ ਕਰਦੇ ਚੱਕਵਿਆਂ ਤੋਂ ਕਰ ਅਤੇ ਉੱਥੋਂ ਕਰ ਕਰਕੇ ਅਤੇ ਫਿਰ ਉਹਨਾਂ ਨੂੰ ਰੋਮੈਂਟਿਕ ਵਾਈਬ 'ਚ ਲੈ ਆਈਦਾ ਵਾ ਕਿ ਬਸ ਆਹੀ ਸੁਣੋ ਇਹੀ ਆ ਮਤਲਬ ਤੁਹਾਡੇ ਭਰਾ ਦਾ ਜ਼ੋਨਰ ਬਾਕੀ ਮੈਂ ਗਾਣੇ ਮੇਰੇ ਅੱਗੇ ਆਉਣ ਵਾਲੇ ਗਾਣੇ ਥੋੜ੍ਹੇ ਚੱਕਵੇਂ ਵੀ ਆ ਰਹੇ ਆ ਬਟ ਆਈ ਐਮ ਬੈਸਟ ਐਟ ਮਤਲਬ ਮੈਂ ਮੇਰਾ ਬੈਸਟ ਰੋਮੈਂਟਿਕ ਗਾਣਿਆਂ 'ਚ ਜਦੋਂ ਚੱਕਵੇਂ ਗਾਣਿਆਂ ਦੇ ਨਾਲ ਨਾਲ ਬੰਦੂਕਾਂ ਵਾਲੇ ਗਾਣਿਆਂ ਦੀ ਰਿਕੁਐਸਟਾਂ ਡਿਮਾਂਡਾਂ ਆਉਂਦੀਆਂ ਜਾਂ ਤੁਹਾਨੂੰ ਸੁਜੈਸ਼ਨ ਆਉਂਦੇ ਬਈ ਯਾਰ ਕੁਛ ਇਹੋ ਜਿਹਾ ਗਾਣਾ ਕੱਢ ਜੋ ਕਿ ਲਾਈਕ ਬੰਦੂਕਾਂ ਬਾਰੇ ਹੋਵੇ ਗੰਨਾਂ ਬਾਰੇ ਹੋਵੇ ਲੜਾਈਆਂ ਬਾਰੇ ਹੋਵੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਫਿਰ ਭਾਅ ਜੀ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਚਲੋ ਮੈਂ ਵੀ ਕੱਢਦਾ ਹਾਂ ਨਾ ਕੱਲ੍ਹ ਨੂੰ ਗਾਣਾ ਇਹੋ ਜਿਹਾ ਬਟ ਮੈਂ ਇਹ ਸੋਚਦਾ ਕਿ ਜਿਹੜੀ ਚੀਜ਼ ਮੈਂ ਚਲਾਉਂਦਾ ਨਹੀਂ ਕਰਦਾ ਨਹੀਂ ਜਿਹੜੀ ਚੀਜ਼ ਤੋਂ ਮੈਂ ਡਰਦਾ ਮੈਂ ਉਹ ਚੀਜ਼ ਕਿੱਦਾਂ ਗਾਦਾਂ ਜਿਹੜੀ ਚੀਜ਼ ਹੈ ਉਹੀ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਭਾਅ ਜੀ ਅੱਗੇ ਵੀ ਜੋ ਸੱਚ ਆ ਅੱਛਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੁਣ ਥੋੜ੍ਹਾ ਰਿਵਾਈਂਡ ਹੋ ਜਾਂਦੇ ਆ ਹੋ ਗਏ ਨਾ ਜਦੋਂ ਤੁਸੀਂ ਸ਼ੁਰੂਆਤ ਕੀਤੀ ਜੀ ਸਕੂਲ ਟਾਈਮ ਜਾਂ ਛੋਟੇ ਹੁੰਦੇ ਆ ਜੀ ਪਹਿਲਾਂ ਤਾਂ ਸੋਚ ਲਿਆ ਸੀਗਾ ਮਿਊਜ਼ਿਕ ਦੇ ਵਿੱਚ ਮੈਂ ਕਦਮ ਰੱਖੂੰਗਾ ਹਾਂਜੀ ਭਾਅ ਜੀ ਸੋਚਿਆ ਤਾਂ ਹੋਇਆ ਸੀ ਜਮ੍ਹਾਂ ਜਦੋਂ ਮੈਂ ਛੋਟਾ ਸੀ ਮੈਂ ਉਦੋਂ ਹੀ ਸੋਚ ਲਿਆ ਸੀ ਮੈਂ ਯਾਰ ਕਲਾਕਾਰ ਹੀ ਬਣਾਂਗੇ ਹੈ ਨਾ ਸੋ ਤੁਸੀਂ ਖੁਦ ਦੀ ਤਿਆਰੀ ਬਹੁਤ ਵਧੀਆ ਕੀਤੀ ਫਿਰ ਤੁਸੀਂ ਕੈਨੇਡਾ ਆ ਗਏ ਹਾਂਜੀ ਫੈਮਿਲੀ ਨੂੰ ਤੁਸੀਂ ਕਦੋਂ ਦੱਸਿਆ ਕਿ ਮੈਂ ਮਿਊਜ਼ਿਕ ਦੇ ਵਿੱਚ ਆਪਣਾ ਨਾਮ ਬਣਾਉਣਾ ਚਾਹੁੰਦਾ ਫੈਮਿਲੀ ਨੂੰ ਭਾਅ ਜੀ ਮੈਂ ਸ਼ੁਰੂ ਤੋਂ ਹੀ ਕਹਿੰਦਾ ਸੀ ਕਿ ਮੈਂ ਜਾਣਾ ਹੀ ਕੈਨੇਡਾ ਤਾਂ ਕਰਕੇ ਗਾਣੇ ਗੁਣੇ ਕਰਾਂਗੇ ਉੱਥੇ ਅਤੇ ਆਪਣਾ ਕੁਛ ਵਧੀਆ ਉੱਥੇ ਮੈਂ ਆਪਣਾ ਨਾਂ ਬਣਾਊਂਗਾ ਆਪਣੇ ਘਰਦਿਆਂ ਦਾ ਨਾਂ ਕਿਉਂਕਿ ਘਰਦੇ ਬਹੁਤ ਮਾਣ ਮਹਿਸੂਸ ਕਰਦੇ ਜਦੋਂ ਬੱਚੇ ਦਾ ਨਾਂ ਉੱਤੇ ਜਾਂਦਾ ਉਹਨਾਂ ਦੇ ਦਾ ਘਰਦੇ ਖੁਸ਼ ਹੁੰਦੇ ਆ ਸੋ ਘਰਦਿਆਂ ਦੀ ਖੁਸ਼ੀ ਮੈਂ ਉਹਨਾਂ ਸਭ ਲਈ ਮੇਰੇ ਤੋਂ ਵੀ ਕਈ ਹੋਣਗੇ ਜਿਹਨਾਂ ਨੂੰ ਘਰਦੇ ਹੀ ਸਭ ਕੁਛ ਨੇ ਸੋ ਘਰਦਿਆਂ ਦੀ ਖੁਸ਼ੀ ਅੱਗੇ ਕੁਛ ਨਹੀਂ ਬਸ ਸਪੋਰਟ ਕਰਦੇ ਸਭ ਕੁਛ ਸਪੋਰਟਫੁੱਲ ਹੈ ਘਰਦਿਆਂ ਦਾ 100% ਭਾਅ ਜੀ ਅਤੇ ਜਦੋਂ ਗੱਲ ਆਉਂਦੀ ਆ ਕਿ ਇਸ ਇੰਡਸਟਰੀ ਦੇ ਵਿੱਚ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਪਣਾ ਕਰੀਅਰ ਬਣਾਉਣਾ ਹਾਂਜੀ ਸੋ ਇੱਕ ਸਟ੍ਰੈਸ ਆ ਜਾਂਦਾ ਹੈ ਕਿਉਂਕਿ ਇਹ ਜੋਬ ਨਹੀਂ ਹੈਗੀ ਇਟ ਇਜ਼ ਨੋਟ ਅ ਜੋਬ ਕਿਉਂਕਿ ਤੁਹਾਡੀ ਰੈਗੂਲਰ ਪੇ ਨਹੀਂ ਹੈਗੀ ਹਾਂਜੀ ਹਾਂਜੀ ਕਿਉਂਕਿ ਜਦੋਂ ਗਾਣਾ ਚੱਲੂਗਾ ਹਾਂਜੀ ਉਦੋਂ ਹੀ ਮੋਨਿਟਰੀ ਬੈਨੀਫਿਟਸ ਹੋਣਗੇ ਹਾਂਜੀ ਹਾਂਜੀ ਜਾਂ ਸ਼ੋਅ ਲੱਗਣਗੇ ਖਾੜੇ ਲੱਗਣਗੇ ਜੀ 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 ਉਦੋਂ ਤੱਕ ਦਾ ਸਟਰਗਲ ਜਿਹੜਾ ਆ ਹਾਂਜੀ ਉਹ ਫਾਈਨੈਂਸ਼ੀਅਲ ਸਟ੍ਰੈਸ ਨੂੰ ਤੁਸੀਂ ਕਿੱਦਾਂ ਪਲੈਨ ਆਊਟ ਕਰਦੇ ਹੋ ਕਿ ਮੈਂ ਟੇਕ ਕੇਅਰ ਕਰੂੰਗਾ ਭਾਅ ਜੀ ਪਲੈਨ ਆਊਟ ਇੱਦਾਂ ਵਾ ਕਿ ਬਾਬੇ ਦਾ ਲਈਦਾ ਵਾ ਨਾ ਕਿ ਝੰਡੇ ਚਾੜ ਦਾਂਗੇ ਅੱਜ ਸੋਚਿਆ ਕਿ ਇੱਦਾਂ ਗਾਣਾ ਕਰਾਂਗੇ ਉਦਣ ਤੱਕ ਫਿਰ ਡਬਲ ਸ਼ਿਫਟ ਲਾ ਲਈ ਟ੍ਰਿਪਲ ਸ਼ਿਫਟ ਲਾ ਲਈ ਇੱਧਰ ਕੰਮ ਫੜ ਲਿਆ ਇੱਧਰ 100-200 ਦਾ ਇੱਧਰੋਂ ਕੰਮ ਫੜ ਲਿਆ ਪੈਸੇ ਇਕੱਠੇ ਕਰਕੇ ਤੇ ਬਸ ਡਾਂਡੀਲ ਕਰਦੀ ਸੀ ਹੁਣ ਜਿਸ ਹਿਸਾਬ ਨਾਲ ਤੁਹਾਡੇ ਗਾਣੇ ਦੋ ਆਏ ਨੇ ਅਤੇ ਜਿੰਨੇ ਵਧੀਆ ਗਾਣੇ ਚੱਲੇ ਨੇ ਹਾਂਜੀ ਮਤਲਬ ਕਿ ਲੱਖਾਂ ਦੇ ਵਿੱਚ ਤੁਹਾਡੇ ਵਿਊਜ਼ ਨੇ ਇਨ ਵਿਦਇਨ ਅ ਫਿਊ ਵੀਕਸ ਜੀ ਇਹਦੇ ਨਾਲ ਪਤਾ ਲੱਗਦਾ ਕਿ ਵੀ ਆਈ ਥਿੰਕ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਬਿਲਕੁਲ ਹੀ ਇਹਦੇ ਵਿੱਚ ਫੁੱਲ ਟਾਈਮ ਆਪਣਾ ਨਾਮ ਬਣਾ ਸਕਦੇ ਹੋ ਬਣਾਵਾਂਗੇ ਭਾਅ ਜੀ ਯੈਸ 100% ਬਣਾਵਾਂਗੇ ਆਉਣ ਵਾਲੇ ਪ੍ਰੋਜੈਕਟਸ ਦੇ ਬਾਰੇ ਥੋੜ੍ਹਾ ਬਹੁਤ ਦੱਸੋ ਮੇਰਾ ਨੈਕਸਟ ਸੌਂਗ ਜਿਹੜਾ ਆ ਰਿਹਾ ਉਹ ਮੈਂ ਇੱਕ ਭਾਵੇਂ ਇੱਕ ਵੱਖਰਾ ਚਲਾ ਦਿਓ ਇਹਦਾ ਤੇਰੇ ਨੇੜੇ ਸੌਂਗ ਦਾ ਨਾਮ ਹੋਏਗਾ ਐਂਡ ਉਹ ਸੌਂਗ ਜਮਾਂ ਡਿਫਰੈਂਟ ਲਿਰਿਕਸ ਮਿਊਜ਼ਿਕ ਅਤੇ ਤੁਹਾਡੇ ਭਰਾ ਦੇ ਵੋਕਲਸ ਸਿਰਾ ਕਿਆ ਬਾਤ ਹੈ ਸੋ ਇਹ ਡਿਫਰੈਂਟ ਇਸ ਹਿਸਾਬ ਨਾਲ ਹੈ ਕਿ ਜਿਹੜਾ ਤੁਹਾਡਾ ਪਹਿਲਾ ਟਰੈਕ ਸੀਗਾ ਰੋਮੈਂਟਿਕ ਹਾਰਟ ਬ੍ਰੋਕਨ ਟਰੈਕ ਸੀਗਾ ਉਸ ਤੋਂ ਬਾਅਦ ਤੁਸੀਂ ਫੈਕਚੁਅਲ ਦੇ ਵਿੱਚ ਗਏ ਕੁਝ ਗੱਲਾਂ ਕੀਤੀਆਂ ਹੁਣ ਤੁਸੀਂ ਇਹ ਟਰੈਕ ਬਿਲਕੁਲ ਡਿਫਰੈਂਟ ਅਨਾਊਂਸ ਕਰ ਰਹੇ ਹੋ ਬਿਲਕੁਲ ਡਿਫਰੈਂਟ ਸਟਾਈਲ ਦਾ ਹੋਵੇਗਾ ਹਾਂਜੀ ਹਾਂਜੀ ਹੈ ਨਾ ਕਿੰਨੇ ਕੁ ਟਰੈਕ ਤੁਹਾਡੇ ਕੋਲ ਰੈਡੀ ਪਏ ਨੇ ਜਾਂ ਕਿੰਨੇ ਟਰੈਕਸ ਦੇ ਵਿੱਚ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ ਇਸ ਟਾਈਮ ਭਾਅ ਜੀ ਡੰਮੀਆਂ ਤਾਂ ਪਤਾ ਨਹੀਂ ਕਿੰਨੀਆਂ ਕੁ ਰੈਡੀ ਆ ਪਰ ਆਈ ਥਿੰਕ ਕਿ 7-8-10 ਗਾਣੇ ਤਾਂ ਹੋਣਗੇ ਜਿਹੜੇ ਜਮ੍ਹਾਂ ਰੈਡੀ ਪਏ ਆ ਬਸ ਇੱਕ ਇੱਕ ਮਹੀਨੇ ਬਾਅਦ ਇੱਕ ਇੱਕ ਗਾਣਾ ਕਰਾਂਗੇ ਆਉਣ ਵਾਲੇ ਟਰੈਕਸ ਦੇ ਵਿੱਚੋਂ ਹਾਂਜੀ ਹੁਣ ਇਸ ਗਾਣੇ ਦੀ ਅਨਾਊਂਸਮੈਂਟ ਤਾਂ ਤੁਸੀਂ ਕਰਤੀ ਜੀ ਪਰ ਆਉਣ ਵਾਲੇ ਕਿਸੇ ਵੀ ਟਰੈਕ ਦੇ ਵਿੱਚੋਂ ਕੋਈ ਵੀ ਤੁਹਾਡਾ ਪਰਸਨਲ ਫੇਵਰੇਟ ਹੋਵੇ ਜੋ ਲਗਾਤਾਰ ਤੁਹਾਡੇ ਦਿਮਾਗ 'ਚ ਘੁੰਮਦਾ ਹੋਵੇ ਜੀ ਉਹਦੀਆਂ 2 ਕੁ ਲਾਈਨਾਂ ਜੇ ਤੁਸੀਂ ਸੁਣਾਉਣਾ ਚਾਹੋ 100% ਗੱਲ ਤੇਰੇ ਖਾਨੇ ਨਹੀਂ ਉਹ ਪੈਂਦੀ ਮੁੰਡਿਆ ਚਾਹੇ ਜਿੰਨੀ ਵੀ ਕਰਾਂ ਮੈਂ ਨਿਤ ਸ਼ਾਊਟ ਵੇ ਕਦੇ ਤੇਰੀ ਹੁੰਦੀ ਬੀਬੀ ਕਿਊ ਪਾਰਟੀ ਕਦੇ ਤੇਰੀ ਹੁੰਦੀ ਹੀ ਨਾਈਟ ਆਊਟ ਵੇ ਲਾੜ ਕੇ ਜੇ ਤੁਰ ਗਈ ਮਨਾਉਂਦਾ ਫਿਰੇਗਾ ਵੇ ਬਾਹਰ ਬਾਹਰ ਮੁੰਡਿਆ ਲਾੜ ਕੇ ਜੇ ਤੁਰ ਗਈ ਮਨਾਉਂਦਾ ਫਿਰੇਗਾ ਵੇ ਬਾਹਰ ਬਾਹਰ ਮੁੰਡਿਆ ਏਦਾਂ ਨੀ ਉਹ ਨਿਭਦੇ ਪਿਆਰ ਮੁੰਡਿਆ ਤੈਨੂੰ ਤਾਂ ਪਿਆਰੇ ਤੇਰੇ ਯਾਰ ਮੁੰਡਿਆ ਬੜੀ ਵਧੀਆ ਆਵਾਜ਼ ਦੇ ਮਾਲਕ ਹੋ ਤੁਸੀਂ ਅਤੇ ਬੜੇ ਵਧੀਆ ਟਰੈਕ 'ਤੇ ਤੁਸੀਂ ਜਾ ਰਹੇ ਹੋ ਹਾਂਜੀ ਖੁਦ ਨੂੰ ਤਿਆਰੀ ਵੀ ਕਰ ਰਹੇ ਹੋ ਖੁਦ ਦੀ ਇਸ ਗਾਣਿਆਂ ਦੀ ਇੰਡਸਟਰੀ ਦੇ ਵਿੱਚ ਲਈ
ਤੇ ਵਧੀਆ ਟੀਮ ਦਾ ਤੁਹਾਨੂੰ ਸਪੋਰਟ ਵੀ ਆ ਬਿਲਕੁਲ ਜੀ ਤੁਹਾਨੂੰ ਕਨੈਕਟ ਐਫਐਮ ਦੇ ਵੱਲੋਂ ਆਲ ਦਾ ਬੈਸਟ ਆ ਥੈਂਕ ਯੂ ਤੁਸੀਂ ਆਉਣ ਵਾਲੇ ਪ੍ਰੋਜੈਕਟਸ ਦੇ ਵਿੱਚ ਆਉਣ ਵਾਲੇ ਗਾਣਿਆਂ ਦੇ ਵਿੱਚ ਇੰਨਾ ਨਾਮ ਕਮਾਓ ਕਿ ਫਿਰ ਤੋਂ ਆਓ ਤੇ ਫਿਰ ਤੋਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰੀਏ ਆਲ ਦਾ ਬੈਸਟ ਤੁਹਾਨੂੰ ਥੈਂਕ ਯੂ ਸੋ ਮਚ ਤੁਸੀਂ ਆ ਟਾਈਮ ਕੱਢਿਆ ਸਤਿ ਸ਼੍ਰੀ ਅਕਾਲ